ਇਹ ਸਾਡੇ ਪਿੰਡ ਦਾ ਮੁੰਡਾ ਬਹੁਤ ਹੋਣਹਾਰ ਜੀ ਤੇ ਬਹੁਤ ਇੰਗਲਿਸ਼ ਬੋਲਦਾ, ਬਹੁਤ ਤੇਜ਼ ਇੰਗਲਿਸ਼ ਬੋਲਦਾ, ਸੁਣ ਕੇ ਦੇਖੋ ਜੀ। ਇੰਗਲਿਸ਼ ਯਾਰ ਅੱਜ ਮੈਂ ਬਹੁਤ ਖੁਸ਼ ਹਾਂ, ਜਿਹੜੀ ਕੁੜੀ ਨੂੰ ਮੈਂ ਮਹੀਨੇ ਤੋਂ ਮੈਸੇਜ ਕਰ ਰਿਹਾ ਸੀ ਨਾ, ਅੱਜ ਉਹਦਾ ਰਿਪਲਾਈ ਆ ਗਿਆ। ਤੇਰਾ ਭਲਾ ਹੈ ਕੀ ਕਹਿੰਦੀ ਆ? ਕਹਿੰਦੀ ਅੱਜ ਤੋਂ ਬਾਅਦ ਮੈਨੂੰ ਵੈਸੇ ਨਾ ਕਰੀ, ਮੈਂ ਵੀ ਮੁੰਡਾ ਹੀ ਹਾਂ। ਉਹ ਬੋਲੀ ਕੀ ਸੋਚੀ ਜਾਂਦਾ ਆ? ਮੈਂ ਸੋਚ ਰਿਹਾ ਸੀ ਦੀਦਾਰ ਵੀ ਮੈਂ ਵੀ ਨਾ ਆਪਦੇ ਦਾਦਿਆਂ ਵਾਂਗੂ ਕਰੋੜਪਤੀ ਬਣੂੰਗਾ। ਕਿਆ ਬਾਤ ਹੈ ਯਾਰ, ਤੈਨੂੰ ਪਤਾ ਮੈਂ ਤੇਰੇ ਕੋਲ ਤਾਂ ਹੀ ਆਉਣਾ ਆ, ਹਮੇਸ਼ਾ ਤੇਰੇ ਕੋਲ ਕੋਈ ਚੰਗੀ ਚੀਜ਼ ਸਿੱਖਣ ਨੂੰ ਮਿਲਦੀ ਹੈ। ਬਸ ਅੱਜ ਲਿਖ ਲੈ, ਮੈਂ ਦਾਦੇ ਵਾਂਗੂ ਕਰੋੜਪਤੀ ਬਣਨਾ ਹੀ ਬਣਨਾ। ਦਾਦਾ ਕਰੋੜਪਤੀ? ਨਹੀਂ 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 ਨਹੀਂ, ਉਹ ਵੀ ਵਿਚਾਰਾ ਬਣਨਾ ਚਾਹੁੰਦਾ ਸੀ। ਓ ਨੋ, ਉਹ ਨਾ ਫਾਲ ਹੈ ਪਲਾਸ਼ ਨੰਗਾ ਹੀ। ਨਹੀਂ ਤੇਰਾ ਕੀ ਮਤਲਬ ਓਏ, ਹੁਣ ਪਹਿਲੋਂ ਮੈਨੂੰ ਕਛਾ ਪਵਾਵਾਂ ਕਿ? ਮਿੱਤਰੋ ਬਸ ਇੱਕ ਘਰਦਿਆਂ ਦੇ ਸਾਹਮਣੇ ਨਹੀਂ ਮੰਨਦੇ, ਉਦਾਂ ਮੋਬਾਈਲ ਨੇ ਆਪਣਾ ਕਰਿਆ ਤਾਂ ਬੇੜਾ ਗਰਕ ਹੀ ਪਿਆ, ਕੋਈ ਕੰਮ ਨਹੀਂ ਕਰ ਦਿੰਦਾ ਇਹ। ਉਹ ਭਰਾਵਾ ਤੂੰ ਸਾਡੇ ਪਿੰਡ ਜੰਮਣਾ ਹੈ ਤੇ ਤੂੰ ਕ੍ਰਿਕਟ ਹੀ ਖੇਡਣੀ? ਉਹ ਕਿਤੇ ਕਬੱਡੀ ਕਬੱਡੀ ਖੇਡਦਾ, ਤੈਨੂੰ ਚਾਰ ਚਪੇੜਾਂ ਵੱਜਦੀਆਂ ਤੇ ਅਗਲੇ ਦਿਨ ਪੀੜ ਹੁੰਦੀ ਤੇ ਨਾ ਜਾਂਦਾ। ਇੱਥੇ ਤੈਨੂੰ ਛੱਕੇ ਖਾ ਕੇ ਕੀ ਪੀੜ ਹੋਣੀ ਹੈ? ਛੱਕੇ ਤੂੰ ਖਾਣ ਡਿਆ, ਕਲੇਜਾ ਸਾਡਾ ਬਾਹਰ ਆਉਣ ਡਿਆ। ਭਰਾਵਾ ਤੈਨੂੰ ਤੇ ਵੀ ਨਹੀਂ ਕਹਿ ਸਕਦੇ ਵੀ ਛੱਕੇ ਨਾ ਖਾ, ਮਿੰਨਤ ਵਾਲੀ ਗੱਲ ਹੀ ਭਰਾਵਾ, ਛੱਕੇ ਥੋੜੇ ਛੋਟੇ ਖਾ ਲਾ। ਉਹ ਪੈਣਾ ਬੜਾ ਪੈਣ ਡਿਆ ਜੀ, ਅਸੀਂ ਸੱਚੀ ਜਾ ਕੇ ਆਲੂ ਕੁੱਟਣਾ ਹੀ ਹੈ। ਲੈ ਵੀ ਮੈਂ ਲਾਇਆ ਹਿਸਾਬ, ਵਿਆਹੇ ਬੰਦੇ ਦੀ ਯਾਦਾਸ਼ਤ ਬਹੁਤ ਕਮਜ਼ੋਰ ਹੁੰਦੀ ਹੈ। ਉਹ ਗੁਰੂਆ ਤੈਨੂੰ ਕਿੰਨੇ ਕਿਹਾ ਵਿਆਹੇ ਬੰਦੇ ਦੀ ਯਾਦਾਸ਼ਤ ਕਮਜ਼ੋਰ ਹੁੰਦੀ ਆ? ਇਹ ਵਿਚਾਰੇ ਜਿੱਥੇ ਸੋਹਣੀ ਕੁੜੀ ਵਹਿੰਦੇ ਆ ਨਾ, ਇਹਨਾਂ ਨੂੰ ਚੇਤਾ ਹੀ ਭੁੱਲ ਜਾਂਦਾ ਆ ਵੀ ਸਾਡੇ ਤਿੰਨ ਨਿਆਣੇ ਆ। ਉਹ ਕੀ ਹੋਇਆ? ਡਾਕਟਰ ਸਾਹਿਬ ਮੇਰੇ ਪੇਟ 'ਚ ਬਹੁਤ ਪ੍ਰੋਬਲਮ ਆ। ਲੰਮੇ ਪੈ ਖੜਾ ਆ, ਮੈਨੂੰ ਤੇਰੀ ਬਿਮਾਰੀ ਦਾ ਪਤਾ ਲੱਗ ਗਿਆ। ਕੀ ਡਾਕਟਰ ਸਾਹਿਬ? ਤੇਰੀ ਤਾਂ ਸਾਲਿਆ ਬੋਕੀ ਪਾਟੀ ਆ।